ਪਹਾੜਾਂ ਦੇ ਵਿੱਚ ਜਿੱਥੇ ਲੈਂਡਸਲਾਈਡ ਹੋਣ ਦੀਆਂ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ, ਉੱਥੇ ਹੀ ਹੁਣ ਗੰਗੋਤਰੀ ਨੈਸ਼ਨਲ ਹਾਈਵੇ ਦੇ ਉੱਤੇ ਵੀ ਲੈਂਡਸਲਾਈਡ ਹੋਈ ਹੈ ਅਤੇ ਪਹਾੜਾਂ ਦੇ ਵਿੱਚੋਂ ਪੱਥਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਆਵਾਜਾਈ ਜੋ ਹੈ ਚਾਰੇ ਪਾਸਿਓਂ ਰੋਕ ਦਿੱਤੀ ਗਈ ਹੈ ਅਤੇ ਸੜਕ ਦੇ ਉੱਤੇ ਵੱਡੇ ਵੱਡੇ ਪੱਥਰ ਡਿੱਗੇ ਨੇ, ਜਿਨ੍ਹਾਂ ਨੂੰ ਹੁਣ ਹਟਾਉਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ JCB ਦੀ ਮਦਦ ਲਈ ਜਾ ਰਹੀ ਹੈ। ਦਰਅਸਲ ਇਹ ਤਸਵੀਰਾਂ ਅੱਜ ਸਵੇਰ ਦੀਆਂ ਦੱਸੀਆਂ ਜਾ ਰਹੀਆਂ ਨੇ, ਜਦੋਂ ਗੰਗੋਤਰੀ ਨੈਸ਼ਨਲ ਹਾਈਵੇ ਦੇ ਉੱਤੇ ਅਚਾਨਕ ਹੀ ਭਾਰੀ ਬਰਸਾਤ ਤੋਂ ਬਾਅਦ ਪੱਥਰ ਜੋ ਨੇ ਉਹ ਡਿੱਗਣ ਲੱਗੇ। ਹਾਲਾਂਕਿ ਇੱਕ ਕਾਰ ਇਸਦੇ ਕੋਲੋਂ ਜ਼ਰੂਰ ਲੰਘਦੀ ਹੈ ਅਤੇ ਉਸਦਾ ਵੱਡਾ ਬਚਾਅ ਹੁੰਦਾ ਅਤੇ ਉਸ ਤੋਂ ਠੀਕ ਬਾਅਦ ਇਹ ਪੱਥਰ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਅਤੇ ਹੁਣ ਇਹ ਵੀਡੀਓ ਵੀ ਕਾਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸਦੀਏ ਕਿ ਜਿੱਥੇ ਚਾਰੋਂ ਧਾਮ ਦੀ ਯਾਤਰਾ ਚੱਲ ਰਹੀ ਹੈ, ਉੱਥੇ ਹੀ ਉੱਤਰਾਖੰਡ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਚਾਹੇ ਗੱਲ ਕੀਤੀ ਜਾਵੇ ਗੰਗਾ ਨਦੀ ਦੀ ਜਾਂ ਬਾਲ ਗੰਗਾ ਦੀ, ਤਾਂ ਲਗਾਤਾਰ ਇਹ ਸਾਰੇ ਹੀ ਉਫਾਨ ਦੇ ਉੱਤੇ ਨੇ ਅਤੇ ਇਸ ਦੇ ਨਾਲ ਹੀ ਜੋ ਗੰਗੋਤਰੀ ਨੂੰ ਜਾਂਦੇ ਆਸ਼ਰਮ ਨੇ ਉਹਨਾਂ ਦੇ ਕਿਨਾਰੇ ਦੇ ਉੱਤੇ ਜੋ ਗੰਗਾ ਨਦੀ ਨਿਕਲਦੀ ਹੈ ਉਸਦੀਆਂ ਵੀ ਇਹ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਪਾਣੀ ਦੀਆਂ ਛੱਲਾਂ ਨੇ ਉਹ ਲਗਾਤਾਰ ਉੱਚੀ ਉੱਚੀ ਉੱਠ ਰਹੀਆਂ ਨੇ ਅਤੇ ਗੰਗਾ ਨਦੀ ਦੇ ਕਿਨਾਰੇ 'ਤੇ ਜਾਣ ਤੋਂ ਲੋਕਾਂ ਨੂੰ ਹੁਣ ਰੋਕਿਆ ਜਾ ਰਿਹਾ। ਬਕਾਇਦਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉੱਥੇ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ ਅਤੇ ਹੁਣ ਇੱਕ ਇਹ ਤਸਵੀਰ ਗੰਗੋਤਰੀ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਪਹਿਲਾਂ ਤਾਂ ਭਾਰੀ ਬਰਸਾਤ ਹੋਈ ਅਤੇ ਭਾਰੀ ਬਰਸਾਤ ਹੋਣ ਤੋਂ ਬਾਅਦ ਪੱਥਰ ਡਿੱਗਣ ਲੱਗੇ ਨੇ।